ਸਿੱਧੂ ਮੂਸੇਵਾਲਾ ਨੇ ਅਸੀਂ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਬੈਠੇ ਆ ਭਾਜੀ ਸਵਾਗਤ ਹੈ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਜੀ ਭਾਈ ਭਾਈ ਕੱਲ ਪੋਸਟ ਪਈ ਉਹ ਪੋਸਟ ਨਸੀਹਤ ਸੀ ਜਾਂ ਕਿਸੇ ਨੂੰ ਜਵਾਬ ਸੀ ਨਹੀਂ ਅਸੀਂ ਨਸੀਹਤ ਦੇਣ ਵਾਲੇ ਕਿਸੇ ਨੂੰ ਕੋਈ ਨਹੀਂ ਹੁੰਦੇ ਜੀ ਇਸ ਤਾਂ ਬਸ ਜਸਟ ਆਪਣੀ ਵਿਚਾਰਧਾਰਾ ਆਪਣਾ ਫਰੀਡਮ ਆਫ ਸਪੀਚ ਦੇ ਅਕੋਰਡਿੰਗ ਜੋ ਸਾਨੂੰ ਫੀਲ ਹੋਇਆ ਤਾਂ ਮੈਂ ਉਹ ਚੀਜ਼ ਪਾਈ ਕਿ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਸੋ ਮੇਰੇ ਲਈ ਮੇਰੇ ਮਨ ਦੇ ਵਿੱਚ ਯਾਨੀ ਕਿ ਮੈਨੂੰ ਸਿਚੁਏਸ਼ਨ ਠੀਕ ਲੱਗੀ ਉਹ ਚੀਜ਼ ਪਾਉਣ ਲਈ ਤਾਂ ਮੈਂ ਥੋੜ੍ਹਾ ਜਿਹਾ ਖੁੱਲ੍ਹੇ ਵਿਚਾਰਾਂ ਦਾ ਬੰਦਾ ਮੈਂ ਚੀਜ਼ਾਂ ਭਾ ਨਾ ਉਹਨਾਂ ਜਦੋਂ ਮੈਨੂੰ ਕੋਈ ਚੀਜ਼ ਫੀਲ ਹੁੰਦੀ ਹੈ ਉਹ ਤੋਂ ਬਾਅਦ ਬਹੁਤ ਪੋਸਟਾਂ ਪਈਆਂ ਲਗਾਤਾਰ ਸਿੱਧੂ ਮੂਸੇਵਾਲ ਨੂੰ ਟੈਗ ਹੋਇਆ ਫਿਰ ਇੱਕ ਤਸਵੀਰ ਦੇਖਣ ਨੂੰ ਮਿਲੀ ਕਿ 9/11 ਨੇ ਆਸ਼ਾ ਖਿੱਚ ਲਿਆ ਦੇਖੋ ਜੀ ਨਾ ਤਾਂ ਅਸੀਂ ਉਦੋਂ ਆਸ਼ਾ ਵਾਲਿਆਂ ਨੂੰ ਕਿਹਾ ਸੀ ਵੀ 9/11 ਖਿੱਚੋ ਨਾ ਅਸੀਂ ਹੁਣ 9/11 ਨੂੰ ਕਿਹਾ ਵੀ ਆਸ਼ਾ ਖਿੱਚੋ ਇਹ ਲੋਕਾਂ ਦਾ ਕੰਮ ਹੈ ਜੀ ਸਵਾਦ ਲੈਣਾ ਲੈਂਦੇ ਨੇ ਉਦੋਂ ਮੇਰੇ 'ਤੇ ਲਈ ਗਏ ਹੁਣ ਇਹਨਾਂ 'ਤੇ ਲਈ ਜਾਂਦੇ ਕੱਲ੍ਹ ਨੂੰ ਕਿਸੇ ਹੋਰ 'ਤੇ ਲਈ ਜਾਣਗੇ ਸੋ ਇਹ ਯਾਨੀ ਕਿ ਸਾਡਾ ਸੋਸ਼ਲ ਮੀਡੀਆ ਹੁਣ ਇੰਟਰਵਿਊ ਪਊਗੀ 100 ਇੱਥੇ ਭਾਂਡਪ 'ਤੇ ਇਹਦੇ ਥੱਲੇ ਕਮੈਂਟਾਂ 'ਚ ਬੋਲਣਗੇ ਲੋਕ ਜੀ ਐਂ ਜੀ ਉਵੇਂ ਹੈ ਸੋ ਲੋਕ ਬਸ ਸਿਰਫ ਉਹ ਕਹਿੰਦੇ ਹੁੰਦੇ ਨਾ ਵੀ ਸਵਾਦ 'ਤੇ ਗਿੱਝੇ ਹੋਏ ਨੇ ਇਹਨਾਂ ਨੂੰ ਨਾ ਕਿਸੇ ਆਉਣ ਵਾਲੇ ਕੱਲ੍ਹ ਦੀ ਫਿਕਰ ਹੈ ਨਾ ਜੋ ਅੱਜ ਜਿਉਂ ਰਹੇ ਨੇ ਉਸ ਅੱਜ ਦੀ ਫਿਕਰ ਹੈ ਤੁਸੀਂ ਮੰਨਦੇ ਨਹੀਂ ਸਿੱਧੂ ਵੀ ਇਹਨਾਂ ਦਾ ਕੋਈ ਅਸਰ ਹੁੰਦਾ ਆ ਤੁਸੀਂ ਕਹਿ ਰਹੇ ਹੋ ਜਿਹੜੇ ਲੋਕ ਸਵਾਦ ਨੇ ਜਾਂ ਕਮੈਂਟਾਂ ਲਈ ਜਿਹੜੀਆਂ ਚੀਜ਼ਾਂ ਕਰ ਰਹੇ ਨੇ ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਜ਼ਿੰਦਗੀ 'ਤੇ ਨਹੀਂ ਅਸਰ ਨਹੀਂ ਜੀ ਦੇਖੋ ਕੋਈ ਵੀ ਬੰਦਾ ਹੁਣ ਅਸੀਂ ਤਾਂ ਇਸ ਚੀਜ਼ 'ਚ ਹਨਗੇ ਮੈਨੂੰ 4-5 ਸਾਲ ਹੋ ਗਏ ਇਸ ਖੇਤਰ 'ਚ ਆਏ ਨੂੰ ਸੋ ਅਸੀਂ ਤਾਂ ਇਹੀ ਦੇਖਦੇ ਹਾਂ ਵੀ ਯਾਰ ਜਿਹੜੇ ਇਹ ਇੱਥੇ ਸੋਸ਼ਲ ਮੀਡੀਆ 'ਤੇ ਜੋ ਲੋਕ ਬੋਲਦੇ ਨੇ ਵੀ ਜੇ ਬੰਦੇ ਨੂੰ ਸਾਹਮਣੇ ਖੜਾ ਕੇ ਪੁੱਛਿਆ ਜਾਵੇ ਵੀ ਹੁਣ ਬੋਲ ਵੀ ਇੰਨੀ ਔਕਾਤ ਨਹੀਂ ਵੀ ਮੂਹਰੇ ਆ ਕੇ ਬੋਲ ਦਿਉ ਅਤੇ ਦੁਨੀਆ ਦੀ ਇਹ ਫਿਤਰਤ ਹੈ ਜੀ ਇਹਨੂੰ ਕੋਈ ਯਾਨੀ ਕਿ ਮੈਂ ਕਹਿੰਦਾ ਵੀ ਬਾਬੇ ਨਾਨਕ ਵਰਗੇ ਭੱਦਰ ਪੁਰਸ਼ ਵੀ ਇਹਨੂੰ ਸੈਟਿਸਫਾਈ ਤਾਂ ਕੁਛ ਨਹੀਂ ਕਰ ਸਕੇ ਕਿਸ ਨਾ ਕਿਸ ਨੂੰ ਜੇ ਤੁਸੀਂ ਗੁਰਬਾਣੀ ਵੀ ਚੱਲੀ ਜਾਂਦੀ ਹੋਊਗੀ ਯੂਟਿਊਬ ਚੈਨਲ 'ਤੇ ਉਹਦੇ 'ਤੇ ਵੀ ਡਿਸਲਾਈਕ ਮਾਰ ਜਾਂਦੇ ਨੇ ਲੋਕ ਸੋ ਇਹਨਾਂ ਦੀ ਫਿਤਰਤ ਹੈ ਜੀ ਅਤੇ ਨਾ ਮੈਂ ਕਹਿੰਦਾ ਵੀ ਕੋਈ ਇਹ ਜਿਹੜੇ ਜੋ ਐਸੀਆਂ ਕੋਈ ਸ਼ਬਦਾਵਲੀ ਵਰਤਦੇ ਨੇ ਕੋਈ ਕਿਸੇ ਨੂੰ ਮਾੜਾ ਕਹਿੰਦਾ ਸਵਾਲ ਲੈਂਦਾ ਇਹ ਸਿਰਫ ਘਰੇ ਬੈਠਣ ਵਾਲੇ ਲੋਕ ਨੇ ਜੀ ਇਹ ਅਤੇ ਜਿਹੜਾ ਬੰਦਾ ਹਿੰਮਤ ਰੱਖਦਾ ਕੁਛ ਕਰਨ ਦੀ ਉਹ ਕਦੇ ਕਿਸੇ ਦੂਜੇ 'ਤੇ ਸਵਾਲ ਨਹੀਂ ਲੈਂਦਾ ਤੁਸੀਂ ਰਡਾਰ 'ਤੇ ਰੱਖਿਆ ਹੋਇਆ ਮੈਂ ਰਡਾਰ 'ਤੇ ਰੱਖਣ ਨੂੰ ਜੀ ਮੈਂ ਕੋਈ ਮਹਿਕਮਾ ਨਹੀਂ ਮੈਂ ਜਾਂ ਕੋਈ ACB ਦਾ ਕੋਈ ਆਫਿਸਰ ਨਹੀਂ ਹੈਗਾ ਵੀ ਮੈਂ ਦੇਖ ਰਿਹਾ ਵੀ ਕਿਹੜਾ ਪਰ ਹਾਂ ਅਸੀਂ ਜੋ ਸਮਾਜ 'ਚ ਵਿਚਰਦੇ ਹਾਂ ਤਾਂ ਗੱਲਾਂ ਸਾਡੇ ਸਾਹਮਣੇ ਵੀ ਆਉਂਦੀਆਂ ਨੇ ਕਿ ਭਾਈ ਉੱਥੇ ਮਾਈਨਿੰਗ ਹੋ ਰਹੀ ਆ ਉੱਥੇ ਫਲਾਨਾ ਬੰਦਾ ਕਰ ਰਿਹਾ ਜੀ ਇੱਥੇ ਆ ਇਹਨਾਂ ਦਾ MLA ਸ਼ਰਾਬ ਵੇਚਦਾ ਸੀਗਾ ਪਹਿਲਾਂ ਹੁਣ ਇਹ MLA ਬਣਿਆ ਬੈਠਾ ਅਤੇ ਹੁਣ ਇਹ ਫਿਰ ਸ਼ਰਾਬ ਦਾ ਕੰਮ ਕਰ ਰਿਹਾ ਸੋ ਚੀਜ਼ਾਂ ਸਾਰਿਆਂ ਸਾਹਮਣੇ ਆਉਂਦੀਆਂ ਸੋ ਉਹ ਆਪਾਂ ਵੀ ਕਹੀਏ ਵੀ ਜੇ ਇੱਕਦਮ ਵੀ ਭਗਵੰਤ ਮਾਨ ਕੋਲ ਵੀ ਛੱਡੀਏ ਵੀ ਉਹ ਘੁਮਾ ਦੂਗਾ ਤਾਂ ਠੀਕ ਹੋ ਜੂ ਪਰ ਹੌਲੀ 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 ਸੈੱਟ ਕਰਨਾ ਚਾਹੀਦਾ ਚੀਜ਼ਾਂ ਥੋੜ੍ਹਾ ਸਮਾਂ ਜਿਹੜਾ ਦੇਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਜੇ ਤੁਹਾਡੇ ਪ੍ਰਧਾਨ ਵੀ ਅਕਸਰ ਅਸੀਂ ਸੁਣਿਆ ਰਾਜਾ ਵੜਿੰਗੋ ਵੀ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਸਮਾਂ ਦੇ ਦੇਣਾ ਚਾਹੀਦਾ ਸਰਕਾਰ ਨੂੰ ਹਜੇ ਸਾਰੇ ਯੂਥ ਹਾਂ ਬਾਈ ਰਾਜਾ ਵੜਿੰਗ ਵੀ ਲਾ ਲਓ ਮੈਥੋਂ ਚਲੋ 10 ਸਾਲ ਵੱਡਾ ਹੋਊਗਾ 37-38 ਸਾਲਾਂ ਦਾ ਹੋਊਗਾ ਮੈਂ 28 ਸਾਲਾਂ ਦਾ ਸੋ ਸਾਡੀ ਸਾਰਿਆਂ ਦੀ ਇਹੀ ਸੋਚ ਹੈ ਵੀ ਠੀਕ ਹੈ ਕਿਸੇ 'ਤੇ ਨਜਾਇਜ਼ ਦੁਸ਼ਣਬਾਜ਼ੀ ਨਾ ਕਰੀਏ ਸੋ ਸਪੈਸ਼ਲੀ ਮੇਰੀ ਜਿੱਥੇ ਕੋਈ ਗੱਲ ਲੱਗਦੀ ਹੈ ਕੱਲ੍ਹ ਮੈਥੋਂ ਕਿਸੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਪੁੱਛਿਆ ਸੀ ਵੀ ਉਹਨਾਂ ਨੇ ਅਸਲੇ 'ਤੇ ਕਿਹਾ ਮੈਂ ਕਿਹਾ ਜੀ ਠੀਕ ਹੈ ਮੈਨੂੰ ਤਾਂ ਇਹ ਠੀਕ ਲੱਗ ਰਿਹਾ ਮੇਰੀ ਨਿੱਜੀ ਰਾਏ ਹੈ ਮੈਂ ਤਾਂ ਪਹਿਲਾਂ ਵੀ ਕਹਿ ਰਿਹਾ ਤੁਹਾਨੂੰ ਨਿੱਜੀ ਰਾਏ ਤੁਸੀਂ ਕਹਿੰਦੇ ਹੋ ਪਰ ਤੁਹਾਡੀ ਪਾਰਟੀ ਸ਼ਾਇਦ ਸਹਿਮਤ ਨਹੀਂ ਇਸ ਦੇਖੋ ਜੀ ਮੈਂ ਉਹੀ ਗੱਲ ਕਹਿੰਦਾ ਨਾ ਵੀ ਪਾਰਟੀ ਇੱਕ ਸੰਗਠਨ ਹੈ ਸੰਗਠਨ ਦੇ ਵਿੱਚ ਬਹੁਤ ਬੰਦੇ ਸ਼ਾਮਿਲ ਹੁੰਦੇ ਨੇ ਪਰ ਮੇਰੀ ਪਰਸਨਲੀ ਵਿਚਾਰਧਾਰਾ ਕੁਛ ਹੋਰ ਕਹਿੰਦੀ ਹੈ ਮੇਰੇ ਅਕੋਰਡਿੰਗ ਜੋ ਜਥੇਦਾਰ ਸਾਹਿਬ ਕਹਿ ਰਹੇ ਨੇ ਇਹੀ ਸਬਕ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਹੈ ਜੇ ਇਹਦੀ ਲੋੜ ਮਹਿਸੂਸ ਨਾ ਹੁੰਦੀ ਹਥਿਆਰ ਦੀ ਤਾਂ ਸ਼ਾਇਦ ਸਾਡੇ ਕਕਾਰਾਂ ਦੇ ਵਿੱਚ ਹੀ ਨਾ ਹਥਿਆਰ ਹੁੰਦਾ ਸੋ ਉਦੋਂ ਹਥਿਆਰ ਇੱਕ ਚਾਕੂ ਛੁਰੀਆਂ ਕਿਰਪਾਨਾਂ ਵਰਛੇ ਹੁੰਦੇ ਸੀ ਹੁਣ ਹਥਿਆਰ ਕਿਸੇ ਹੋਰ ਟਾਈਪ ਦੇ ਆ ਗਏ ਜੇ ਹੁਣ ਅਸੀਂ ਕਹਾਂਗੇ ਵੀ ਚਾਕੂਆਂ ਨਾਲ ਅਸੀਂ ਕਿਸੇ ਦਾ ਸਾਹਮਣਾ ਕਰ ਲਾਂਗੇ ਅਤੇ ਅਗਲੇ ਕੋਲ ਜੇ ਬ੍ਰਸ਼ਟ ਮਾਰਨ ਵਾਲਾ ਮੂੰਹ ਨੂੰ ਜਗਾਨਾ ਹੋਇਆ ਤਾਂ ਫਿਰ ਕੀ ਕਰਾਂਗੇ ਸਾਡੀ ਕਿਰਪਾਨ ਤਾਂ ਚੱਲਣ ਨਹੀਂ ਸਾਨੂੰ ਉਹੋ ਜਿਹਾ ਹੀ ਜਿੱਦਾਂ ਦਾ ਸਮਾਜ ਸਾਡਾ ਯਾਨੀ ਕਿ ਬਦਲੀ ਜਾਂਦਾ ਉਹੋ ਜਿਹੇ ਸਾਨੂੰ ਯਾਨੀ ਕਿ ਪ੍ਰਕੋਸ਼ਨ ਲੈਣੇ ਪੈਣਗੇ ਇੱਕ ਸਵਾਲ ਉੱਠਣ ਲੱਗ ਪਿਆ ਅੱਜ ਦੀ ਘਟਨਾ ਤੋਂ ਅਮਰੀਕਾ ਦੇ ਵਿੱਚ 18 ਬੱਚੇ ਮਰੇ ਨੇ ਇੱਕ 18 ਸਾਲ ਦੇ ਬੱਚੇ ਨੇ ਹਮਲਾ ਕੀਤਾ ਸ਼ਾਇਦ ਖਬਰ ਤੁਸੀਂ ਸੁਣੀ ਹੋਊਗੀ ਉਹਦੇ 'ਚ ਚੱਲ ਰਿਹਾ ਹੈ ਕਿ ਜਥੇਦਾਰ ਸਾਹਿਬ ਨੇ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਕਈ ਸਟੇਟਾਂ ਇਹੋ ਜਿਹੀਆਂ ਨੇ ਬਾਈ ਜੀ ਵੀ ਜਿੱਥੇ ਵਿਦਆਊਟ ਲਾਇਸੈਂਸ ਤੁਸੀਂ ਗੰਨ ਜੇ ਤੁਸੀਂ ਰੱਖੀ ਹੋਈ ਹੈ ਤਾਂ ਵਿਦਆਊਟ ਪਰਮਿਸ਼ਨ ਤੁਸੀਂ ਕੈਰੀ ਨਹੀਂ ਕਰ ਸਕਦੇ ਉੱਥੇ ਕਈ ਸਟੇਟਾਂ ਇਹੋ ਜਿਹੀਆਂ ਨੇ ਜਿਵੇਂ ਟੈਕਸਸ ਹੋ ਗਈ ਟੈਕਸਸ ਦੇ ਵਿੱਚ ਕੋਈ ਹਥਿਆਰ ਲੈਣ ਦੀ ਲੋੜ ਹੀ ਯਾਨੀ ਕਿ ਲਾਇਸੈਂਸ ਲੈਣ ਦੀ ਲੋੜ ਹੀ ਨਹੀਂ ਉੱਥੇ ਗੰਨਸ ਜਿੱਥੋਂ ਮਰਜ਼ੀ ਡਾਲਰਾਂ ਤੋਂ ਲਓ ਠੀਕ ਹੈ ਯਾਨੀ ਕਿ 750-700 ਡਾਲਰ ਦੇ ਵਧੀਆ ਪਿਸਟਲ ਮਿਲਦੇ ਨੇ ਜਿਹੜੇ ਆਟੋਮੈਟਿਕ ਨੇ ਕਿਉਂਕਿ ਮੈਨੂੰ ਤਾਂ ਇੱਧਰ ਬਹੁਤ ਧਿਆਨ ਹੁੰਦਾ ਹੈ ਨਾ ਸੋ ਜਿੱਥੇ ਉਹ ਰੂਲ ਐਂਡ ਰੈਗੂਲੇਸ਼ਨ ਹੈਗਾ ਲਾਇਸੈਂਸ ਵਾਲਾ ਉੱਥੇ ਉਹਨਾਂ ਦੀ ਬਜਾਏ ਕ੍ਰਾਈਮ ਘੱਟ ਹੈ ਅਤੇ ਜਿੱਥੇ ਸਿੱਧੇ ਹੀ ਅਸਲੇ ਖਰੀਦੀ ਜਾਂਦੇ ਆਪਣੇ ਅਤੇ ਉੱਥੇ ਤਾਂ ਸਾਡੀ ਪੰਜਾਬ ਪੁਲਿਸ ਦਾ ਅਤੇ ਅਮੈਰੀਕਾ ਦੀ ਪੁਲਿਸ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਸਾਡੇ ਵਾਲੇ ਮਰਿਆਂ ਨੇ ਮੂੰਹ 'ਚੋਂ ਵੀ ਕਢਾ ਲੈਂਦੇ ਨੇ ਵੀ ਹਾਂ ਤੂੰ ਕੀਤਾ ਕਿ ਨਹੀਂ ਕੀਤਾ ਅਤੇ ਜੇ ਅਮੈਰੀਕਾ ਜਾਂ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਕ੍ਰਾਈਮ ਹੋ ਜਾਂਦਾ ਤਾਂ ਉਹਨਾਂ ਕੋਲ 3 ਮਹੀਨੇ ਦਾ ਟਾਈਮ ਪੀਰੀਅਡ ਹੁੰਦਾ ਵੀ ਜੇ ਤੁਸੀਂ ਇਹਦੀ ਕੋਈ ਗਵਾਹ ਬਿਆਨ ਤੁਹਾਨੂੰ ਮਿਲਦਿਆ ਠੀਕ ਹੈ ਨਹੀਂ ਬੰਦਾ ਉਹ ਬਰੀ ਹੈ ਅਤੇ ਸਾਡੇ ਵਾਲੇ 10-10 ਸਾਲਾਂ ਵਾਂਗ ਨੂੰ ਵੀ ਸਜ਼ਾਵਾਂ ਕਰਾ ਦਿੰਦੇ ਨੇ
ਫਿਰ ਤਾਂ ਸਾਰੇ ਪੰਜਾਬ ਦੁਨੀਆ 'ਚ ਹੀ ਆ ਯਾਨੀ ਕਿ ਸਾਰੇ ਦੇਸ਼ 'ਚ ਹੀ ਖਤਮ ਕਰਨਾ ਚਾਹੀਦਾ ਨਾ। ਅਤੇ ਵੀ ਲਾਇਸੈਂਸ ਲੈਣ ਦੇ ਮੈਨੂੰ ਮੈਂ ਤਾਂ ਉਹਨੂੰ ਯਾਨੀ ਕਿ ਚੰਗੇ ਪੱਖ ਤੋਂ ਦੇਖਦਾ ਵੀ ਕੱਲ੍ਹ ਨੂੰ ਕਿਤੇ ਜੰਗ ਲੱਗ ਜਾਏ, ਅਸੀਂ ਬਾਰਡਰ ਸਟੇਟ 'ਤੇ ਬੈਠੇ ਹਾਂ ਜੀ, ਰੱਬ ਨਾ ਕਰੇ ਯੂਕਰੇਨ ਵਾਲਾ ਹਾਲ ਸਾਡੇ ਨਾਲ ਕਿਤੇ ਨਾ ਕਿਤੇ ਹੋ ਜਾਏ, ਸਾਡੇ ਕੋਲ 200,000 ਹਥਿਆਰ ਹੈ ਜੀ, 200,000 ਲਾਇਸੈਂਸ ਹੈ, ਅਤੇ 200,000 ਲਾਇਸੈਂਸ ਦੇ ਉੱਤੇ ਘੱਟੋ ਘੱਟ ਇੱਕ ਲਾਇਸੈਂਸ 'ਤੇ 2 ਅਸਲੇ ਚੜ੍ਹਦੇ ਨੇ, ਅਤੇ ਜਿਹੜੇ ਸ਼ੂਟਰ ਨੇ ਉਹ 8 ਬੰਦੇ ਵੀ 8 ਲਾਇਸੈਂਸ ਵੀ ਚੜ੍ਹਾ ਲੈਂਦੇ ਨੇ, 8 ਵੈਪਨ ਵੀ ਚੜ੍ਹਾ ਲੈਂਦੇ ਨੇ। ਅਤੇ ਜੇ ਕਿਤੇ ਨਾ ਕਿਤੇ ਲੋੜ ਪੈ ਜਾਏ ਜਿਹੜੇ ਬੰਦੇ ਨੂੰ ਚਲਾਉਣਾ ਆਉਂਦਾ ਹੋਊ, ਜਿਹਦੇ ਕੋਲ ਅਸਲ ਆ, ਉਹ 200,000 ਫੌਜ ਸਾਡੀ ਤਿਆਰ ਖੜੀ ਹੈ। ਸੋ ਜੇ ਪੋਜ਼ੀਟਿਵ ਪੱਖੀ ਲੈ ਕੇ ਚੱਲੀਏ ਤਾਂ ਪੋਜ਼ੀਟਿਵ ਹੀ ਹੁੰਦੀ ਹੈ, ਜੇ ਉਹੀ ਨੈਗੇਟਿਵ ਵੀ ਮੈਨੂੰ ਇਹ ਲੱਗਦਾ ਵੀ ਜਿਹੜੇ ਲੋਕ ਡਰਾਉਂਦੇ ਨੇ ਹੁਣ ਅੱਜ ਦੇ ਸਮਾਜ ਦੇ ਵਿੱਚ ਚੰਗੇ ਬੁੱਧੀਜੀਵੀ ਵਿਦਵਾਨ ਡਰਾਉਂਦੇ ਨੇ, ਹਥਿਆਰ ਤਾਂ ਬਹੁਤ ਮਾੜਾ ਚੀਜ਼ ਯਾਰ, ਜੇ ਮਾੜਾ ਹੁੰਦਾ ਸੀ ਫਿਰ ਆਰਮੀ ਕੋਲ ਕਿਉਂ ਹੈ? ਪਰਪਸ ਚੰਗਾ ਹੋਣਾ ਚਾਹੀਦਾ, ਸਾਨੂੰ ਦਿਮਾਗ ਟ੍ਰੇਨ ਕਰਨ ਦੀ ਲੋੜ ਹੈ ਅਤੇ ਅਸੀਂ ਹੱਥਾਂ ਟ੍ਰੇਨ ਕਰੀ ਜਾਂਦੇ। ਬਾਕੀ ਇਹ ਕਾਂਗਰਸ ਮੁਕਤ ਭਾਰਤ ਕਰਨਾ ਆ, ਪੰਜਾਬ ਵੀ ਉਸ ਲਹਿਰ ਦੇ ਨਾਲ ਹੀ ਤੁਰਦਾ ਲੱਗਦਾ ਆ। ਨਹੀਂ ਠੀਕ ਹੈ ਜੀ, ਜੇ ਉਹਨਾਂ ਦਾ ਦੇਖੋ ਹਰੇਕ ਪਾਰਟੀ ਦਾ ਸਲੋਗਨ ਹੈ, ਹਰੇਕ ਦਾ ਆਪੋ ਆਪਣਾ ਯਾਨੀ ਕਿ ਕਰਨ ਦੀ ਹਰੇਕ ਦਾ ਆਪੋ ਆਪਣਾ ਯਾਨੀ ਕਿ ਮਾਪਦੰਡ ਹੈ, ਪਾਥ ਹੈ, ਜੋ ਕਰਦੇ ਠੀਕ ਹੈ ਜੀ, ਹਰੇਕ ਬੰਦਾ ਚਾਹੁੰਦਾ ਵੀ ਸਾਡੀ ਤਰੱਕੀ ਹੋਏ, ਭਾਈ ਦੂਜੇ ਨੂੰ ਅਸੀਂ ਪਿੱਛੇ ਕਰ ਦਈਏ, ਸੋ ਠੀਕ ਹੈ ਜੀ ਉਹਨਾਂ ਨੂੰ ਲੱਗਦਾ। ਅਤੇ ਕੀ ਲੱਗਦਾ ਭਵਿੱਖ ਕੀ ਲੱਗਦਾ? ਲੋਕ ਸਭਾ ਚੋਣਾਂ ਆ ਰਹੀਆਂ, ਰਾਜਾ ਵੜਿੰਗ ਕਹਿੰਦੇ ਕਿ ਲੜ ਕੇ ਦਿਖਾਉਣ, ਜਿਹੜੇ ਵੱਡੇ ਲੀਡਰ ਆਪਦੇ ਆਪ ਨੂੰ ਕਹਿੰਦੇ ਮੈਂ ਲੜਦਾ, ਮੇਰੇ ਵਿਰੁੱਧ ਲੜ ਕੇ ਦਿਖਾਉਣ, ਹਾਰਨਗੇ ਪਰ ਅਸਲ 'ਚ ਭਵਿੱਖ ਜੇ ਮੇਰੇ ਹੱਥਾਂ 'ਚ ਹੁੰਦਾ ਤਾਂ ਮੈਂ ਸਾਰਾ ਭਵਿੱਖ ਉਹਦੇ ਅਕੋਰਡਿੰਗ ਵਧੀਆ ਬਣਾ ਦਿੰਦਾ। ਭਵਿੱਖ ਹੈਗਾ ਲੋਕਾਂ ਦੇ ਹੱਥਾਂ 'ਚ, ਅਤੇ ਲੋਕਾਂ ਦੀ ਤੁਸੀਂ ਸੋਚ ਸਮਝ ਹੀ ਨਹੀਂ ਸਕਦੇ ਕਿ ਉਹ ਕਿੱਧਰ ਸੋਚ ਰਹੇ ਨੇ ਕੀ, ਕਿਉਂਕਿ ਅੱਜ ਦਾ ਵੋਟਰ ਬਹੁਤ ਸਿਆਣਾ, ਉਹ ਦੇਖ ਰਿਹਾ ਸਾਰਾ ਕੁਛ, ਭਾਵੇਂ ਸਾਡੇ ਵਾਲੇ ਗਲਤੀਆਂ ਵੀ ਕਰਦੇ ਨੇ ਪਰ ਮੋਸਟ ਆਫ ਦਾ ਉਹਨਾਂ ਦਾ ਐਕੂਰੇਟ ਹੁੰਦਾ। ਠੀਕ ਹੈ ਵੀ ਚਲੋ ਇੱਕ ਅੱਧਾ ਹੁਣ ਸਾਡੇ ਮਾਨਸਾਲਾ ਨਿਕਲ ਗਿਆ ਉਹ ਜਾ, ਪਰ ਠੀਕ ਹੈ ਕੋਈ ਦਿੱਕਤ ਨਹੀਂ, ਦੁਨੀਆ ਨੇ ਲੋਕਾਂ ਨੇ ਦੇਖਣਾ। ਪਾਰਟੀਆਂ ਤਾਂ ਸੰਗਠਨ ਤਾਂ ਹਮੇਸ਼ਾ ਨਾਰਾ ਦਿੰਦੇ ਹੀ ਨੇ ਕਿ ਅਸੀਂ ਚੱਕ ਦਿਆਂਗੇ ਜੀ, ਅਸੀਂ ਅਗਲੀ ਵਾਰੀ ਤਾਂ ਸਾਡੀ ਹੈ, ਅਸੀਂ ਜੇ ਮੁੱਖ ਮੰਤਰੀ ਬਣਨਾ। ਹੁਣ ਪਿਛਲੀ ਵਾਰੀ ਆਏ ਤਾਂ ਕਿ ਅਕਾਲੀ ਦਲ ਕਾਂਗਰਸ ਸਾਰੀ ਕਹਿ ਰਹੇ ਸੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ, ਅਤੇ ਪਿਛਲੀ ਵਾਰੀ ਆਮ ਆਦਮੀ ਕਹਿ ਰਹੇ ਸੀ ਬਣੀ ਕਾਂਗਰਸ ਦੀ। ਸੋ ਸੰਗਠਨਾਂ ਦਾ ਦਾਅਵਾ ਹੋਣਾ ਜ਼ਰੂਰੀ ਹੈ, ਜੇ ਉਹ ਪੋਜ਼ਿਟਿਵ ਦਾਅਵੇ ਨਹੀਂ ਕਰਨਗੇ ਤਾਂ ਫਿਰ ਪੋਜ਼ਿਟਿਵਿਟੀ ਆਊਗੀ ਕਿਵੇਂ? ਮੋਹ ਭੰਗ ਹੋ ਗਿਆ ਆਮ ਆਦਮੀ ਪਾਰਟੀ ਤੋਂ, ਮਾਨਸੇ ਵਾਲਿਆਂ ਦਾ ਖਾਸ ਤੌਰ 'ਤੇ? ਦੇਖੋ ਜੀ ਲੋਕ, ਉਹੀ ਗੱਲ ਹੈ ਨਾ, ਲੋਕਾਂ ਨੂੰ ਅਸੀਂ ਪੜ੍ਹ ਨਹੀਂ ਸਕਦੇ, ਇਹ ਪਤਾ ਨਹੀਂ ਕਿਹੜੀ ਗੱਲ 'ਤੇ ਸੋਚਦੇ ਆ, ਕਿਸ ਕਿਸ ਪੁਆਇੰਟ ਆਫ ਵਿਊ ਨਾਲ ਲੈ ਕੇ ਚੱਲਦੇ ਆ, ਇਹ ਲੋਕਾਂ ਦੇ ਵਿਚਾਰ ਨੇ। ਪਰ ਹਾਂ, ਇਹ ਯਾਨੀ ਕਿ ਇੱਕ ਦਰਬ ਜਿਹਾ ਮਹਿਸੂਸ ਜ਼ਰੂਰ ਹੁੰਦਾ ਲੋਕਾਂ ਨੂੰ, ਵੀ ਯਾਰ ਬੰਦੇ ਨੂੰ ਵਿਸ਼ਵਾਸ ਦਵਾਇਆ ਸੀ, ਹੁਣ ਕੱਲ੍ਹ ਇੱਕ ਬਾਬਿਆਂ ਦੀ ਮੈਂ ਇੰਟਰਵਿਊ ਦੇਖ ਰਹੇ ਸਾਡੇ ਵਾਲਿਆਂ ਦੀ, ਉਹ ਕਹਿੰਦਾ ਉਹਦਾ ਜਮੀ ਫੰਡਰ ਮੈਂ ਲੈ ਲਈ, ਕਹਿੰਦੇ ਸੀ ਕਹਿੰਦੇ ਪਹਿਲਾਂ ਵਾਲਾ ਤਾਂ ਹਜੇ ਠੀਕ, ਪਹਿਲਾਂ ਵਾਲਾ ਤਾਂ ਹਜੇ ਕਹਿੰਦਾ ਪਹਿਲਾਂ ਵਾਲਾ ਵੀ ਤੋਕੜੀ ਸੀ, ਆਹ ਜਮੀ ਫੰਡਰ ਲਿਆਉਂਦਾ ਕਹਿੰਦੇ। ਹੁਣ ਮਹਾਂ ਵੀ ਹੁਣ ਜਦੋਂ ਫੰਡਰ ਨੂੰ ਹਰਾ ਚਾਰਾ ਪਾਉਂਦੇ ਹੋ ਫਿਰ ਫੰਡਰਾਂ ਹੀ ਆਉਣਗੀਆਂ, ਹੈ ਝੋਟੇ ਮੂਹਰੇ ਤਾਂ ਸਿੜਦੇ ਨਹੀਂ ਜਿਹੜਾ ਜਿਹਨੇ ਕੰਮ ਆਉਣਾ ਹੈ। ਸੋ ਉਹੀ ਗੱਲ ਹੈ ਨਾ ਵੀ ਇਹ ਲੋਕਾਂ ਦਾ ਸੁਭਾਅ ਹੈ, ਹੁਣ ਇਹ ਪ੍ਰਵਿਰਤੀ ਹੋਈ ਜਾਂਦੀ ਰਹਿੰਦੀ ਬਈ ਇਹਦਾ। ਤਾਂ ਆਖਰੀ ਸਵਾਲ ਹੈ, ਲੋਕ ਸਭਾ ਚੋਣਾਂ ਦੇ ਵਿੱਚ ਸਿੱਧੂ ਨੂੰ ਕੀ ਭੂਮਿਕਾ ਦੇਖਾਂਗੇ? ਦੇਖੋ ਜੀ, ਮੇਰੀ ਭੂਮਿਕਾ ਤਾਂ ਇਹੀ ਹੋਊਗੀ, ਜਿੱਥੇ ਕੋਈ ਕੋਈ ਚੰਗਾ ਬੰਦਾ ਲੱਗਿਆ ਅਸੀਂ ਤਾਂ ਸੱਚ ਦੀ ਹਮਾਇਤ ਕਰਦੀ ਹਾਂ ਬਾਈ, ਚਾਹੇ ਉਹ ਕੋਈ ਵੀ ਹੋਵੇ, ਕਿਵੇਂ ਦਾ ਵੀ ਹੋਵੇ, ਹੈ ਨਾ। ਅਤੇ ਬਾਕੀ ਪਾਰਟੀ ਅਸੀਂ, ਮੈਂ ਜੁਆਇਨ ਕੀਤੀ ਹੈ, ਮੇਰੀ ਕਾਂਗਰਸ ਪਾਰਟੀ, ਮੈਂ ਇਲੈਕਸ਼ਨ ਲੜੇ ਹਾਂ, ਪਰ ਅਸੀਂ ਹਮੇਸ਼ਾ ਉਹੋ ਜਿਹੇ ਇਨਸਾਨਾਂ ਦੇ ਵਿੱਚੋਂ ਆਵਾਂਗੇ ਜਿੱਥੇ ਕੋਈ ਵੀ ਚੰਗਾ ਬੰਦਾ ਕਰੂਗਾ, ਚਾਹੇ ਕੋਈ ਗੈਰ ਪਾਰਟੀ ਦਾ ਬੰਦਾ, ਅਸੀਂ ਕਦੇ ਉਹਨੂੰ ਨਿੰਦਣ ਦੀ ਹਿੰਮਤ ਨਹੀਂ ਕਰਾਂਗੇ, ਅਸੀਂ ਹਮੇਸ਼ਾ ਹਮੇਸ਼ਾ ਪੋਜ਼ੀਟਿਵਿਟੀ ਸੱਦਾ ਦੇਵਾਂਗੇ ਵੀ ਬਾਈ ਜੀ ਤੁਸੀਂ ਕੰਮ ਕਰੋ, ਕੋਈ ਦਿੱਕਤ ਨਹੀਂ, ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਅਸੀਂ ਤੁਹਾਡੇ ਨਾਲ ਹਾਂ, ਪਰ ਤੁਸੀਂ ਪੰਜਾਬ ਦੇ ਚੰਗੇ ਲਈ ਸੋਚੋ, ਅਤੇ ਸਾਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ, ਅਸੀਂ ਪਾਰਟੀ ਬਾਜੀ ਲੈ ਕੇ ਜੇ ਅਸੀਂ ਵੀ ਰਵਾਇਤੀ ਲੀਡਰਾਂ ਵਾਂਗੂ ਅਤੇ ਰਵਾਇਤੀ ਲੋਕਾਂ ਵਾਂਗੂ ਸੋਚਣ ਲੱਗ ਗਏ ਵੀ ਨਹੀਂ ਜੀ ਸੁਖਬੀਰ ਬਾਦਲ ਨੇ ਐਂ ਕਰਤਾ, ਕੈਪਟਨ ਨੇ ਐਂ ਕਰਤਾ, ਉਵੇਂ ਕਰਤਾ, ਹਾਂ ਬਿਆਨਬਾਜ਼ੀ ਕਰਨੀ ਪੈਂਦੀ, ਜਦੋਂ ਮੂਹਰੋਂ ਕਰਦੇ ਜਵਾਬ ਦੇਣਾ ਪੈਂਦਾ, ਪਰ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਵੀ ਭਾਈ ਕੋਈ ਵੀ ਅੱਗੇ ਬੰਦਾ ਚੱਲੇ ਉਹ ਪੰਜਾਬ ਦੇ ਭਲੇ ਦੀ ਗੱਲ ਕਰੇ, ਅਤੇ ਅਸੀਂ ਉਹਦੇ ਨਾਲ, ਅਤੇ ਜੇ ਕੋਈ ਨਹੀਂ ਕਰੂਗਾ ਅਸੀਂ ਨੁਕਸਾਨ ਉਹਦਾ ਵੀ ਨਹੀਂ ਕਰਦੇ, ਬਸ ਅਸੀਂ ਆਪਣੇ ਫੈਸਲੇ ਬਦਲਾਂਗੇ।